ਮੂੰਹ ਬੰਨ ਕੇ ਪੁਲਿਸ ਦੇ ਨਾਲ ਖੜ੍ਹੇ ਇਹ ਜਿਹੜੇ ਤੁਸੀਂ ਦੋ ਨੌਜਵਾਨ ਦੇਖ ਰਹੇ ਹੋ, ਇਹ ਉਹੀ ਨੌਜਵਾਨ ਹਨ ਜਿਹੜੇ ਨਸ਼ੇ ਦੇ ਲਈ ਸ਼ਹਿਰ ਦੇ ਵਿੱਚ ਚੋਰੀਆਂ ਕਰਦੇ ਜਿਹੜੇ ਹੈ ਪੁਲਿਸ ਨੇ ਕਾਬੂ ਕੀਤੇ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਇਹ ਰਿਕਸ਼ਾ, ਇਨਵਰਟਰ, ਬੈਟਰੀ ਅਤੇ ਸ਼ਹਿਰ ਦੇ ਵਿੱਚੋਂ ਪੱਟੀਆਂ, ਚੋਰੀ ਦੀਆਂ ਗੱਲਾਂ ਸਮੇਤ ਇਹਨਾਂ ਦੋਵਾਂ ਨੂੰ ਜਿਹੜਾ ਇਹ ਪੁਲਿਸ ਨੇ ਕਾਬੂ ਕਰ ਲਿਆ। ਸਬ ਇੰਸਪੈਕਟਰ ਸੁਲੱਖਣ ਸਿੰਘ ਉਹਨਾਂ ਦੀ ਟੀਮ ਨੇ ਜਿਹੜੇ ਇਹ ਦੋ ਜਿਹੜੇ ਵਿਅਕਤੀ ਕਾਬੂ ਕੀਤੇ ਨੇ, ਜਿਨ੍ਹਾਂ ਪਾਸੋਂ ਇੱਕ ਈ ਰਿਕਸ਼ਾ ਅਤੇ ਈ ਰਿਕਸ਼ੇ ਦੇ ਉੱਤੇ ਇਹ ਜਿਹੜੀਆਂ BRTS ਅਤੇ ਸਮਾਰਟ ਪ੍ਰੋਟੈਕਟ ਦੀਆਂ ਗ੍ਰਿਲਾਂ ਉਤਾਰਦੇ ਸੀ ਰਾਤ ਨੂੰ, ਉਹ ਇਹਨਾਂ ਕੋਲ ਬਰਾਮਦ ਕੀਤੀਆਂ ਗਈਆਂ ਨੇ। ਇਹ ਬਿਲਕੁਲ ਵਿਹਲੇ ਨੇ ਜੀ, ਇਹਨਾਂ 'ਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਅਤੇ ਇਹ ਜਿਹੜੇ ਆ ਨਸ਼ਿਆ ਕਰਨ ਦੇ ਵੀ ਆਦੀ ਨੇ ਦੋਨੋਂ ਜਣੇ, ਅਤੇ ਇਹ ਪਿਛਲੇ ਕੁਝ ਸਮੇਂ ਤੋਂ ਸਾਡੇ ਕਾਫੀ ਇਹਨਾਂ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਸੀ ਗ੍ਰਿਲਾਂ ਉਤਾਰਨ ਦੀਆਂ, ਅਤੇ ਇਹ ਜਿਹੜੀ ਸਾਡੀ ਹੈ ਮੋਬਾਈਲ ਟੀਮ ਅਤੇ ਸਾਡੇ ਸਬ ਇੰਸਪੈਕਟਰ ਸੁਲੱਖਣ ਸਿੰਘ ਉਹਨਾਂ ਨੇ ਕਾਬੂ ਕਰਕੇ ਸਾਨੂੰ ਇਹ ਕਾਮਯਾਬੀ ਮਿਲੀ ਹੈ। ਇਹ ਜੀ ਇਹੀ ਪੜਤਾਲ ਕਰ ਰਹੇ ਹਾਂ, ਇਹਨਾਂ 'ਤੇ ਮੁਕੱਦਮਾ ਪਹਿਲਾਂ ਵੀ ਆ, ਇਹ ਜਿਹੜੇ ਆ ਇਹ ਆਦੀ ਨੇ ਜੀ ਚੋਰੀ ਕਰਨ ਦੇ, ਅਤੇ ਸਾਡੇ ਇੱਥੇ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਚੋਰੀ ਹੋਈ ਸੀਗੀ, ਉਹ ਮੁਕੱਦਮਾ ਦਰਜ ਹੈ ਸਾਡੇ ਕੋਲ। ਉੱਥੋਂ ਹੀ ਇਹਨਾਂ ਨੇ ਇੱਕ ਬੈਟਰੀਆਂ ਅਤੇ ਇਨਵਰਟਰ ਚੋਰੀ ਕਰਕੇ ਲੈ ਗਏ ਸੀਗੇ ਤਾਲਾ ਤੋੜ ਕੇ, ਉਹ ਵੀ ਇਹਨਾਂ ਕੋਲੋਂ ਅਸੀਂ ਬਰਾਮਦ ਕਰ ਲਈ। ਇਹ ਬਿਲਕੁਲ ਜੀ ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ, ਇਹਨਾਂ ਦਾ ਆਪਣਾ ਨਹੀਂ ਹੈਗਾ ਜੀ ਆਟੋ ਰਿਕਸ਼ਾ, ਈ ਰਿਕਸ਼ਾ, ਅਤੇ ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹਨਾਂ ਕੋਲੋਂ ਕਿੱਥੋਂ ਇਹ ਜਿਹੜਾ ਇਹ ਆਇਆ ਈ ਰਿਕਸ਼ਾ। ਇਹ ਬਿਲਕੁਲ ਇਹ ਅਜੇ ਤਾਂ ਦੋ ਹੀ ਪਤਾ ਲੱਗਾ ਜੀ ਸਾਨੂੰ, ਫਰਦਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ। ਜੀ ਇਹ ਜਿਹੜਾ ਸਾਰੇ ਜਿਹੜੇ ਕਿਰਾਏ 'ਤੇ ਦਿੰਦੇ ਆ ਤੁਹਾਡੇ ਮਾਧਿਅਮ ਰਾਹੀਂ, ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਵੀ ਜੋ ਵੀ ਇਹ ਰੈਂਟ 'ਤੇ ਦਿੰਦੇ ਆ ਤਾਂ ਉਹਨਾਂ ਨੂੰ ਪੂਰਾ ਪੜਤਾਲ ਕਰਕੇ ਉਹਨਾਂ ਨੂੰ ਦੇਣ, ਅਤੇ ਇਹਨਾਂ ਦੇ ਉੱਤੇ ਨੰਬਰ ਵੀ ਰਿਕਸ਼ਿਆਂ 'ਤੇ ਲਗਵਾਉਣ। ਇਹ ਨਸ਼ਾ ਅਜੇ ਜੀ ਇਹ ਕੈਪਸੂਲ ਅਤੇ ਗੋਲੀਆਂ ਹੀ ਇਹ ਖਾਂਦੇ ਨੇ ਇਹਨਾਂ ਦੇ ਦੱਸਣ ਮੁਤਾਬਕ। ਬੈਟਰੀ ਦੇ ਵਿੱਚ ਨਹੀਂ, ਉਹ ਹੀ ਅਸੀਂ ਦੇਖਣਾ ਅਜੇ, ਪੜਤਾਲ ਕਰ ਲੈਂਦੇ ਹਾਂ ਜੀ ਉਹਦੇ ਬਾਰੇ। ਬਿਲਕੁਲ ਜੀ ਇਹ ਬੜੀ ਜਿਹੜੀ ਮੋਬਾਈਲ ਸਕੁਆਇਡ ਟੀਮ ਹੈ ਇਹ ਬੜੀ ਇਫੈਕਟਿਵ ਹੋ ਰਹੀ ਹੈ ਜੀ, ਸਾਰੇ ਥਾਣੇ ਦੇ ਵਿੱਚ ਗਠਿਤ ਕੀਤੀ ਗਈ ਹੈ, ਅਤੇ ਇਹ ਸਾਡੀ ਇਸੇ ਟੀਮ ਦੀ ਮਦਦ ਦੇ ਨਾਲ ਹੀ ਜਿਹੜਾ ਹੈ ਇਹ ਕਾਬੂ ਆਏ ਨੇ ਜੀ ਸਾਡੇ। ਇਹ ਜੀ 457-380 ਦੇ ਤਹਿਤ ਜਿਹੜਾ ਹੈ ਅਸੀਂ ਇਹ ਮੁਕੱਦਮਾ ਦਰਜ ਸੀਗਾ ਸਾਡੇ ਕੋਲ, ਤਾਂ ਉਹਦੇ ਵਿੱਚ ਇਹਨਾਂ ਦੀ ਇਹੀ ਗ੍ਰਿਫਤਾਰੀ ਪਾਈ ਹੈ।